ਦੋਸਤੋ, ਇਹ ਹਾਲ ਹੈ। ਸਿਰਫ ਅੱਧੇ ਘੰਟੇ ਦੀ ਬਾਰਿਸ਼ ਹੋਈ ਹੈ, ਹਾਲਾਂਕਿ ਹਜੇ ਬਰਸਾਤਾਂ ਨੇ ਆਉਣਾ, ਪਰ ਇਹ ਜਿਹੜਾ ਏਰੀਆ ਫੁਲਕੀਆਂ ਇਨਕਲੇਵ ਦੇ ਸਾਹਮਣੇ, ਜਿੱਥੋਂ ਸਾਰਾ ਤ੍ਰਿਪੜੀ, ਦਸ਼ਮੇਸ਼ ਨਗਰ, ਆਨੰਦ ਨਗਰ, ਰਤਨ ਨਗਰ, ਸਾਰਾ ਏਰੀਆ ਇੱਥੋਂ ਨਿਕਲਦਾ, ਔਰ ਕਿੰਨੇ ਸਾਲ ਹੋ ਗਏ ਸਾਨੂੰ ਦੇਖਦੇ ਨੂੰ, ਇਸ ਜਗ੍ਹਾ ਦਾ ਕੋਈ ਹੱਲ ਨਹੀਂ ਹੋਇਆ। ਸਿਰਫ ਅੱਧੇ ਘੰਟੇ ਦੀ ਬਾਰਿਸ਼ ਨਾਲ ਇਹ ਹਾਲ ਹੈ, ਅਤੇ ਜਦ ਬਰਸਾਤਾਂ ਹੋਣਗੀਆਂ ਫਿਰ ਦੇਖੋ ਕੀ ਹਾਲ ਹੋਊਗਾ। ਗੋਆ ਹੀ ਬਣਿਆ ਹੋਇਆ।